इल्जाम लगे कि मनप्रीत बादल नूं बादल परिवार नूं जिताया गया, उस गल नूं तवज्जो नहीं दित्ती। असीं हमेशा ही कहा कि साडे कोल कोई सबूत नहीं, असीं नहीं मानदे। ਇਹ 22 ਦੀ ਇਲੈਕਸ਼ਨ ਆਈ, ਫਿਰ ਉਹੀ ਲੋਕਾਂ ਨੇ ਕਿਹਾ ਕਿ ਸਿੰਗਲਾ ਸਾਹਿਬ ਤੁਹਾਨੂੰ ਜਿੱਤਣ ਨਹੀਂ ਦੇਣਗੇ। ਇਹ ਹੋਰ ਬਹੁਤ ਲੋਕ ਜਾਂ ਉਹ ਲੋਕ ਜਿਨ੍ਹਾਂ ਨੇ ਤੁਹਾਡੇ ਸਲਾਹ ਕਰ ਰਹੇ, ਮਨਪ੍ਰੀਤ ਬਾਦਲ ਦੀ ਮਦਦ ਕਰ ਰਹੇ ਆ। ਮਨਪ੍ਰੀਤ ਬਾਦਲ ਨੂੰ ਜਿਤਾਉਣ ਵਾਸਤੇ ਹੱਥਕੰਡੇ ਅਪਣਾਏ ਗਏ। ਉਹ ਤੋਂ ਨਿਰਾਸ਼ ਹੋ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਰਿਜ਼ਾਈਨ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਕਰਾਰੀ ਹਾਰ ਹੋਈ। ਹੁਣ ਪਾਰਟੀ ਨੂੰ ਮਾਲਵੇ 'ਚੋਂ ਨਵਾਂ ਝਟਕਾ ਲੱਗਿਆ ਹੈ। ਬਠਿੰਡਾ ਤੋਂ ਅਕਾਲੀ ਦਲ ਦੇ ਉਮੀਦਵਾਰ ਸਰੂਪ ਚੰਦ ਸਿੰਗਲਾ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਆਪਣੇ ਦਫ਼ਤਰ 'ਚੋਂ ਅਕਾਲੀ ਦਲ ਬਾਦਲ ਦੇ ਸਾਰੇ ਪੋਸਟਰ ਪਾੜ ਦਿੱਤੇ। ਇਸ ਮੌਕੇ 'ਤੇ ਸਿੰਗਲਾ ਨੇ ਇਲਜ਼ਾਮ ਲਗਾਇਆ ਕਿ ਮਨਪ੍ਰੀਤ ਬਾਦਲ ਨੂੰ ਜਿਤਾਉਣ ਦੇ ਲਈ ਬਾਦਲ ਪਰਿਵਾਰ ਦੇ ਕਰੀਬੀਆਂ ਨੇ ਪੂਰਾ ਯਤਨ ਕੀਤਾ ਅਤੇ ਇਸ ਕਰਕੇ ਦੁਖੀ ਹੋ ਕੇ ਉਹਨਾਂ ਨੇ ਇਹ ਫੈਸਲਾ ਲਿਆ ਹੈ। ਦੇਖੋ, ਮੈਂ ਪਿਛਲੇ 15 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹਰ ਟਾਈਮ ਖੜਾ ਰਿਹਾ। ਕਿਸੇ ਵੀ ਤਰ੍ਹਾਂ ਦਾ ਕੋਈ ਟਾਈਮ ਆਇਆ ਤਾਂ ਸ਼੍ਰੋਮਣੀ ਅਕਾਲੀ ਦਲ ਵਾਸਤੇ ਜੋ ਵੀ ਮੈਨੂੰ ਸੇਵਾ ਲੱਗਦੀ ਸੇਵਾ ਕੀਤੀ। ਜੇ ਗੱਲ ਸੱਤ ਦੀ ਗੱਲ ਕਰਾਂ, ਫਿਰ 12 ਦੀ ਗੱਲ ਕਰਾਂ, 14 ਦੀ ਗੱਲ ਕਰਾਂ, 17 ਦੀ ਗੱਲ ਕਰਾਂ, ਪਰ ਮੇਰੇ ਕੰਮ ਦੇ ਵਿੱਚ ਕਦੇ ਕਮੀ ਨਾ ਆਈ, ਨਾ ਮੈਂ ਕਮੀ ਛੱਡੀ। ਪਰ ਸਭ ਤੋਂ ਵੱਡਾ ਦੁੱਖ ਇਹ ਹੋਇਆ ਕਿ ਜਦੋਂ 17 ਦੀ ਇਲੈਕਸ਼ਨ ਹੋਈ ਸੀ ਉਸ ਟਾਈਮ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ ਇਲਜ਼ਾਮ ਲੱਗੇ ਕਿ ਮਨਪ੍ਰੀਤ ਬਾਦਲ ਨੂੰ ਬਾਦਲ ਪਰਿਵਾਰ ਨੂੰ ਜਿਤਾਇਆ ਗਿਆ। ਪਰ ਅਸੀਂ ਉਸ ਗੱਲ ਨੂੰ ਤਵੱਜੋ ਨਹੀਂ ਦਿੱਤੀ। ਅਸੀਂ ਹਮੇਸ਼ਾ ਹੀ ਕਿਹਾ ਕਿ ਸਾਡੇ ਕੋਲ ਕੋਈ ਸਬੂਤ ਨਹੀਂ, ਅਸੀਂ ਨਹੀਂ ਮੰਨਦੇ। ਪਰ ਜਦੋਂ ਇਹ 22 ਦੀ ਇਲੈਕਸ਼ਨ ਆਈ, ਫਿਰ ਉਹੀ ਲੋਕਾਂ ਨੇ ਕਿਹਾ ਕਿ ਸਿੰਗਲਾ ਸਾਹਿਬ ਤੁਹਾਨੂੰ ਜਿੱਤਣ ਨਹੀਂ ਦੇਣਗੇ। ਇਹ ਰਲੇ ਹੋਏ ਆ। ਮੈਂ ਪ੍ਰਧਾਨ ਸਾਹਿਬ ਨਾਲ ਗੱਲ ਕੀਤੀ, ਮੈਂ ਬੀਬਾ ਜੀ ਨਾਲ ਗੱਲ ਕੀਤੀ, ਮੈਂ ਵੱਡੇ ਬਾਲ ਸਾਹਿਬ ਨਾਲ ਗੱਲ ਕੀਤੀ। ਕਿ ਇਹ ਹਾਲਾਤ ਚੱਲ ਰਹੇ ਹੈ, ਤੁਹਾਡੇ ਜਿਹੜੇ ਬਹੁਤ ਨਜ਼ਦੀਕੀ ਅਤੇ ਜਿਹੜੇ ਵੱਡੇ ਵੱਡੇ ਅਹੁਦਿਆਂ ਦੇ ਉੱਤੇ, ਮੈਂ ਨਾਂ ਲਵਾਂ ਤਜਿੰਦਰ ਮਿੱਡੂ ਖੇੜੇ ਵਰਗੇ, ਨਵਤੇਜ ਕੌਣੀ ਵਰਗੇ ਅਤੇ ਹੋਰ ਬਹੁਤ ਲੋਕ, ਜਾਂ ਉਹ ਲੋਕ ਜਿਨ੍ਹਾਂ ਨੇ ਤੁਹਾਡੇ ਸਲਾਹ ਕਰ ਰਹੇ, ਮਨਪ੍ਰੀਤ ਬਾਦਲ ਦੀ ਮਦਦ ਕਰ ਰਹੇ ਆ। ਔਰ ਉਹਦੇ ਸਬੂਤ ਵੀ ਮੇਰੇ ਕੋਲ ਹੈ, ਔਰ ਜਿਨ੍ਹਾਂ ਲੋਕਾਂ ਕੋਲ ਗਏ ਉਹ ਵੀ ਮੈਨੂੰ ਪਤਾ ਹੈ। ਇਲੈਕਸ਼ਨ ਦਾ ਰਿਜ਼ਲਟ ਜੋ ਵੀ ਹੋਵੇ ਸਾਨੂੰ ਪ੍ਰਵਾਨ ਹੈ, ਪਰ ਅਨੈਤਿਕਤਾ ਕਿਸ ਤਰ੍ਹਾਂ ਮਨਪ੍ਰੀਤ ਬਾਦਲ ਨੂੰ ਜਿਤਾਉਣ ਵਾਸਤੇ ਹੱਥਕੰਡੇ ਅਪਣਾਏ ਗਏ,
ਉਹ ਤੋਂ ਨਿਰਾਸ਼ ਹੋ ਕੇ ਮੈਂ ਸ਼੍ਰੋਮਣੀ ਅਕਾਲੀ ਦਲ ਤੋਂ ਰਿਜ਼ਾਈਨ ਕਰਨ ਦਾ ਫੈਸਲਾ ਲਿਆ ਹੈ। ਮੈਂ ਅਜੇ ਕਿਸੇ ਪਾਰਟੀ ਸ਼ਾਮਿਲ ਨਹੀਂ ਹੋ ਰਿਹਾ। ਆਪਦੇ ਵਰਕਰਾਂ ਨਾਲ, ਬਠਿੰਡੇ ਸ਼ਹਿਰ ਦੀ ਜਨਤਾ ਨਾਲ, ਬਠਿੰਡੇ ਸ਼ਹਿਰ ਦੇ ਲੋਕਾਂ ਦੇ ਹਿੱਤ ਵਾਸਤੇ ਆਉਣ ਵਾਲੇ ਟਾਈਮ ਦੇ ਵਿੱਚ ਪੋਲਿਟਿਕਸ ਦੇ ਵਿੱਚ ਐਕਟਿਵ ਰਹਿੰਦਾ ਹੋਇਆ ਜਿੱਥੇ ਬਠਿੰਡੇ ਦਾ ਹਿੱਤ ਹੋਊਗਾ ਆਉਣ ਵਾਲੇ ਟਾਈਮ 'ਚ ਫੈਸਲਾ ਲਵਾਂ। ਉਹਨਾਂ ਨੇ ਮੈਨੂੰ ਵਿਸ਼ਵਾਸ ਦਵਾਇਆ ਸੀ ਕਿ ਨਹੀਂ ਹੋਏਗਾ, ਪਰ ਵਿਸ਼ਵਾਸ ਬੁਆਉਣ ਦੇ ਬਾਵਜੂਦ ਉਸੇ ਤਰ੍ਹਾਂ ਜੋ ਪ੍ਰੈਕਟਿਸ ਜਾਰੀ ਰਹੀ। ਅਜੇ ਕੋਈ ਫੈਸਲਾ ਨਹੀਂ ਕੀਤਾ। ਮੇਰੇ ਵਰਕਰ, ਮੇਰੇ ਚਾਹੁਣ ਵਾਲੇ, ਮੇਰੇ ਨਾਲ ਹਰ ਟਾਈਮ ਖੜ੍ਹਨ ਵਾਲੇ ਜੋ ਵੀ ਮੇਰੇ ਬਠਿੰਡੇ ਸ਼ਹਿਰ ਦੇ ਲੋਕ ਨੇ, ਉਹਨਾਂ ਨਾਲ ਵਿਚਾਰ ਕਰਨ ਤੋਂ ਬਾਅਦ ਜੋ ਵੀ ਫੈਸਲਾ ਲਿਆ ਲਵਾਂਗਾ। ਅੱਜ ਮੈਂ ਇਕੱਲੇ ਨੇ ਅਸਤੀਫਾ ਦਿੱਤਾ ਔਰ ਮੈਂ ਤੁਹਾਡੇ ਲਈ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਮੈਂ ਰਿਜ਼ਾਈਨ ਕਰ ਰਿਹਾ। ਜਿਹਨੇ ਮੇਰੇ ਨਾਲ ਆਉਣਾ ਉਹ ਮੇਰੇ ਨਾਲ ਆ ਸਕਦੇ ਆ, ਔਰ ਜਿਹਨੇ ਸ਼੍ਰੋਮਣੀ ਅਕਾਲੀ ਦਲ ਜਾਂ ਕਿਸੇ ਪਾਰਟੀ ਨਾਲ ਜਾਣਾ ਤਾਂ ਮੈਂ ਕਿਸੇ ਨੂੰ ਕੰਪੈਲ ਨਹੀਂ ਕਰਾਂ, ਜਾਰੀ ਰਹਿਣਗੀਆਂ। ਦੇਖੋ, ਮੈਂ ਪਹਿਲਾਂ ਕਹਿ ਚੁੱਕਿਆ ਕਿ ਉਹਨਾਂ ਦਾ ਪਾਸਾ ਆਲਾ ਦੁਆਲਾ ਜਦੋਂ ਬਠਿੰਡੇ ਸ਼ਹਿਰ ਦੇ ਵਿੱਚ ਇਲੈਕਸ਼ਨ ਚੱਲ ਰਹੀ ਹੈ, ਉਸ ਇਲੈਕਸ਼ਨ ਦੇ ਵਿੱਚ ਇਹ ਮੈਸੇਜ ਜਾਵੇ ਕਿ ਬਾਦਲ ਪਰਿਵਾਰ ਦੇ ਲੋਕ ਬਾਦਲ ਪਰਿਵਾਰ ਦੇ ਨਜ਼ਦੀਕੀ ਮਨਪ੍ਰੀਤ ਦੀ ਮਦਦ ਕਰ ਰਹੇ ਹੈ, ਅਤੇ ਲੋਕਾਂ ਦੇ ਵਿੱਚ ਇੱਕ ਆਵਾਜ਼ ਗਈ ਕਿ ਇਹ ਰਲੇ ਹੋਏ ਆ, ਸਰੂਪ ਨੂੰ ਵੋਟ ਪਾਈ ਫਾਇਦਾ ਨਹੀਂ ਹੋਣਾ ਅਤੇ ਆਪ ਨੂੰ ਵੋਟ ਪਾ ਦਿਓ ਅਤੇ ਮਨਪ੍ਰੀਤ ਤਾਂ ਹੀ ਹਾਰੇਗਾ। ਇਹ ਸਾਰਾ ਵੱਡਾ ਨੁਕਸਾਨ। ਸਰੂਪ ਚੰਦ ਸਿੰਗਲਾ ਨੇ ਐਲਾਨ ਕੀਤਾ ਕਿ ਆਉਣ ਵਾਲੇ ਸਮੇਂ 'ਚ ਆਪਣਾ ਸਿਆਸੀ ਭਵਿੱਖ ਤੈਅ ਕਰਨਗੇ। ਦੱਸ ਦਈਏ ਕਿ ਪੰਜਾਬ ਦੀਆਂ ਚੋਣਾਂ 'ਚ ਹੋਈ ਹਾਰ ਤੋਂ ਬਾਅਦ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਵੀ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਬਠਿੰਡਾ ਤੋਂ ਪਰਮਿੰਦਰ ਸਿੰਘ ਦੀ ਰਿਪੋਰਟ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ.com ਕਾਨੂੰਨ ਜਾਇਦਾਦ ਦਾ।